ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਟੂ ਬੈਕ ਟੂ ਸਾਰਕਾਸਟਿਕ ਡੂਡ। बहुत मेहनत बहुत ही ज्यादा जिदा फोर्स ला के चलो जिदा भी ओंकार भाई जी है अखा तेन लाल लभ रही होनी है ਪੀਤੀ ਨੀ ਉਹ ਮੈਨੂੰ ਪੂਰਾ ਡਿਸੀਵ ਦੱਸ ਲੈਂਦੇ ਬੜਾ ਗਲਤ ਨਾ ਸੋਚਦੇ ਮਤਲਬ ਕਿ ਉਹਦਾ ਕੋਈ ਗੱਲ ਨੀ ਹੈਗੀ ਮੁੰਡੇ ਨੇ ਦੋ ਸ਼ਿਫਟਾਂ ਲਾਈਆਂ ਹੋਈਆਂ ਬੈਕ ਟੂ ਬੈਕ ਕਲਾਸੇ ਨੀ ਕਰੀ ਦੇ ਤੇ ਬਾਕੀ ਆਪਾਂ ਤਾਂ ਨਾਲ ਦੀ ਨਾਲ ਅਪਡੇਟ ਰੱਖਣਾ ਅਸੀਂ ਜਿਵੇਂ ਬਲੌਗ ਬਲੌਗ ਬਣਾਈਏ ਕੋਈ ਕੀ ਕਹਿੰਦੇ ਸਰਕਾਰੋ ਮੈਂ ਕਿਹਾ ਮਾਲਕੋ ਬਿਲਕੁਲ ਬਿਲਕੁਲ ਮੈਨੂੰ ਇਹਨੂੰ ਤਾਂ ਭੁੱਖ ਹੀ ਪਈ ਰਹਿੰਦੀ ਆ ਇਹਨੂੰ ਦੇ ਦੋ ਖਾਣ ਨੂੰ ਕੁਛ ਨਾ ਕੁਛ ਬਸ ਇਹ ਚਰੀ ਜਾਣਾ ਬਾਕੀ ਗਾਇਸ ਧਿਆਨ ਰੱਖੋ ਆਪਣੇ ਤੇ ਬਸ ਜਲਦੀ ਤੁਹਾਨੂੰ ਮਿਲਦੇ ਆ ਵੰਡਰਲੈਂਡ ਜਾ ਕੇ ਰਸ ਕਿਉ साढ़े सर बैठ चुके हैं चप्पल पा के तारिया नहीं है एंड फोन कर रहे युवराज उन्होंने भी चप्पल तार तो सर किसी सिर फोड़ोगे बट ओ सड़ती चप्पल तार दिखा गई गाइस मुंडा कहते हम झूला लैन जा रहा फिर रंग चाड़ गया देते
ਐਕਸੀਡੈਂਟਲ ਮੀਟ ਅਪ ਚਲੋ ਪਾਚੂ ਦੇ ਕਿਹੜਾ ਬਲੌਗ ਦੇ ਵਿੱਚ ਪਾਚੂ ਲੱਭ ਗਿਆ ਐਕਸੀਡੈਂਟ ਗਵਾਚੇ ਮੇਲੇ ਤੇ ਲੱਭ ਗਿਆ ਇਹ ਇਹ ਬਣ ਤਾਂ ਰਹੀ ਆ ਹੁਣ ਅੱਛਾ ਇਹ ਤਾਂ ਨਹੀਂ ਲੱਗਦਾ ਗਾਇਸ ਗਾਇਸ ਮੇਰੇ ਨਾਲ ਕਰੀ ਗਾਇਸ ਤੇ ਸਾਨੂੰ ਏਕਮ ਭਾਈ ਲੱਭੇ ਨੇ ਸਾਡੇ ਪਾਚੂ ਭਾਈ ਸਾਨੂੰ ਧੋਖੇ ਨਾਲ ਧੋਖੇ ਨਾਲ ਕੁੜੀਆਂ ਨਾਲ ਲਾ ਕੇ ਸਾਡੇ ਨਾਲ ਨਹੀਂ ਆਇਆ ਬੰਦਾ ਇਹਨੇ ਘਰਦਿਆਂ ਨੂੰ ਦੱਸਣਾ ਕੁੜੀਆਂ ਨਾਲ ਘੁੰਮਣਾ ਆਂਟੀ ਧਿਆਨ ਨਾਲ ਦੇਖੋ ਮੁੰਡਾ ਬਦਲ ਗਿਆ ਤੁਹਾਡਾ ਮੁੰਡਾ ਇਹ ਵਲੌਗ ਪੈਣਾ ਬਰੋ ਇਹ ਵਲੌਗ ਵੀ ਪੜੇਗਾ ਬਰੋ ਇਹ ਵਲੌਗ ਵੀ ਪੜੇਗਾ ਭਾਈ ਆਏਗਾ ਯੋ ਮੈਂ ਮੰਮੀ ਆਪਾ ਦੇਖ ਲਓ ਸਰੀਰ ਬੱਚੇ ਅਸੀਂ ਤਾਂ ਕਿਹਾ ਸੀਗਾ ਇਹ ਵੀਡੀਓ ਦੇ ਨਾਲ ਮੈਂ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰਨਾ ਚਾਹੁੰਗਾ ਵੰਡਰਲੈਂਡ ਦੇ ਬਾਰੇ ਜਿਨ੍ਹਾਂ ਨੇ ਵੀ ਜਾਣਾ ਹੈ ਸੋ ਤੁਸੀਂ ਜਿਹੜੀ ਟਿਕਟਸ ਹੁੰਦੀ ਹੈ ਗਾਈਸ ਉਹ ਤੁਸੀਂ ਔਨਲਾਈਨ ਬੁੱਕ ਕਰ ਸਕਦੇ ਹੋ ਆਪਣੀ ਜਿਹੜੀ ਕਿ ਤੁਹਾਨੂੰ ਵੇ ਚੀਪਰ ਪੈਣੀ ਹੈ ਜੇ ਤੁਸੀਂ ਉੱਥੇ ਜਾ ਕੇ ਬੁੱਕ ਕਰਦੇ ਹੋ ਦੂਜੇ ਨੰਬਰ 'ਤੇ ਗਾਈਸ ਇਹ ਚੀਜ਼ ਹੁੰਦੀ ਹੈ ਕਿ ਉੱਥੇ ਤੁਹਾਨੂੰ ਇੱਕ ਫਾਸਟ ਲੇਨ ਮਿਲਦੀ ਹੈ ਜਿਹਦੇ ਵਿੱਚ ਕਿ ਤੁਹਾਨੂੰ ਰਾਈਡਸ ਲਈ ਬਿਲਕੁਲ ਵੇਟ ਨਹੀਂ ਕਰਨੀ ਪੈਂਦੀ ਅਦਰਵਾਈਜ਼ ਕਾਫੀ ਜ਼ਿਆਦਾ ਲੰਬੀ ਲਾਈਨਸ ਹੁੰਦੀਆਂ ਸੋ ਮੇਰੇ ਹਿਸਾਬ ਨਾਲ ਹਾਰਡਲੀ ਤੁਸੀਂ 3-4 ਜਾਂ ਮੈਕਸੀਮਮ 5 ਰਾਈਡਸ ਲੈ ਪਾਓਗੇ ਜੇ ਤੁਹਾਡੇ ਕੋਲ ਲੇਨ ਨਹੀਂ ਹੈਗੀ ਫਾਸਟ ਹੈ ਨਾ ਬਾਕੀ ਕਈ ਜਦੋਂ ਵੀਕਡੇਜ਼ ਹੁੰਦਾ ਹੈ ਅਤੇ ਵੀਕਐਂਡਸ ਹੁੰਦਾ ਦੋਨਾਂ ਦੇ ਪ੍ਰਾਈਸਿਸ ਦੇ ਵਿੱਚ ਡਿਫਰੈਂਸ ਹੁੰਦਾ ਵੀਕਐਂਡਸ ਦੇ ਉੱਤੇ ਜਿਹੜਾ ਪ੍ਰਾਈਜ਼ ਹੁੰਦਾ ਉਹ ਥੋੜ੍ਹਾ ਹਾਇਰ ਹੁੰਦਾ ਅਤੇ ਵੀਕਡੇਜ਼ ਦੇ ਵਿੱਚ ਥੋੜ੍ਹਾ ਘੱਟ ਹੁੰਦਾ ਠੀਕ ਹੈ ਮਤਲਬ $5-6 ਦਾ ਫਰਕ ਪੈ ਜਾਂਦਾ ਹੁੰਦਾ ਅਤੇ ਗਾਈਜ਼ ਇਹਦੇ ਨਾਲ ਨਾਲ ਇੱਕ ਨਾ ਇੱਕ ਉਹਨਾਂ ਨੇ ਮਤਲਬ ਜਿੱਦਾਂ ਕਾਰਡਸ ਵੀ ਬਣਾਏ ਹੁੰਦੇ ਨੇ ਠੀਕ ਹੈ ਨਾ ਪਲੈਟੀਨਮ ਕਾਰਡ ਗੋਲਡ ਕਾਰਡਸ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਜੇ ਤੁਸੀਂ ਉਹ ਕਾਰਡ ਪਰਚੇਸ ਕਰਦੇ ਹੋ ਤੁਹਾਨੂੰ ਅਗੇਨ ਟਿਕਟ ਲੈਣ ਦੀ ਲੋੜ ਨਹੀਂ ਹੁੰਦੀ ਉਹ ਕਾਰਡ ਜਿਹੜੇ ਸੀਜ਼ਨਲ ਕਾਰਡ ਵੀ ਹੁੰਦੇ ਆ ਠੀਕ ਹੈ ਤੁਸੀਂ ਪੂਰੇ ਸੀਜ਼ਨ ਦੇ ਵਿੱਚ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਅਤੇ ਨਾਲੇ ਕੋਲਡ ਡਰਿੰਕਸ ਵਗੈਰਾ ਦਾ ਵੀ ਅਲੱਗ ਹੁੰਦਾ ਹੈ ਉਹ ਵੀ ਤੁਹਾਨੂੰ ਫ੍ਰੀ ਮਿਲ ਜਾਂਦੀਆਂ ਨੇ ਉਹਨਾਂ ਦੇ ਵਿੱਚ ਹੈ ਨਾ ਜਿੰਨੀ ਮਰਜ਼ੀ ਤੁਸੀਂ ਪੀ ਸਕਦੇ ਹੋ ਅਤੇ ਗਾਈਸ ਉਹਦੇ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਆਹ ਮੈਂ ਜ਼ਰੂਰ ਕਹਾਂਗਾ ਕਿ ਜੇ ਤੁਸੀਂ ਜਾ ਰਹੇ ਹੋ ਤਾਂ ਵੀਕਐਂਡਸ ਨੂੰ ਜੇ ਤੁਸੀਂ ਮਤਲਬ ਅਵੋਇਡ ਕਰੋਗੇ ਜ਼ਿਆਦਾ ਵਧੀਆ ਰਹੇ ਜੇ ਤੁਸੀਂ ਵੀਕਡੇਸ 'ਤੇ ਜਾਓਗੇ ਤਾਂ ਜ਼ਿਆਦਾ ਵਧੀਆ ਅਤੇ ਤੁਸੀਂ ਰਾਈਡ ਲੈਣੀਆਂ ਚਾਹੁੰਦੇ ਹੋ ਨਾ ਅਤੇ ਬਾਕੀ ਜਿਹੜਾ ਵਾਟਰ ਪਾਰਕ ਹੁੰਦਾ ਗਾਈਜ਼ ਉਹ ਮੇ ਵੀ ਮੇਰੇ ਹਿਸਾਬ ਨਾਲ ਜਿੱਥੇ ਤੱਕ ਮੈਨੂੰ ਯਾਦ ਆ 6 ਵਜੇ ਤੱਕ ਬੰਦ ਹੋ ਜਾਂਦਾ ਅਤੇ 11 ਵਜੇ ਓਪਨ ਹੁੰਦਾ ਠੀਕ ਹੈ ਅਤੇ ਬਾਕੀ ਜੇ ਕੋਈ ਵੀ ਕੁਐਸਚਨ ਹੋਏਗਾ ਪਲੀਜ਼ ਥੱਲੇ ਤੁਸੀਂ ਕਮੈਂਟ ਡਾਊਨ ਕਰ ਸਕਦੇ ਅਤੇ ਮੈਂ ਜਲਦੀ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਗਾਈਜ਼